ਮੇਰਾ ਨਾਮ ਕੁਲਦੀਪ ਕੌਰ ਆ ਅਤੇ ਮੈਂ ਇੰਡੀਆ ਤੋਂ 3 ਜੁਲਾਈ 2018 ਨੂੰ ਮੋਂਟਰੀਅਲ ਆਈ। ਮੋਂਟਰੀਅਲ ਥੋੜ੍ਹਾ ਟਾਈਮ ਰਹਿਣ ਤੋਂ ਬਾਅਦ ਮੈਂ ਸਰੀ ਵਿੱਚ ਆਈ। ਸਰੀ ਵਿੱਚ ਆ ਕੇ ਜਿੱਦਾਂ ਮੈਂ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੀ ਸੀ, ਮੈਂ ਕਾਫੀ ਜਾਣਿਆਂ ਨੂੰ ਪੁੱਛਿਆ ਅਤੇ ਮੈਨੂੰ ਸਵਿਸ ਇਮੀਗ੍ਰੇਸ਼ਨ ਬਾਰੇ ਦੱਸਿਆ ਗਿਆ। ਫਿਰ ਮੈਂ ਸਵਿਸ ਇਮੀਗ੍ਰੇਸ਼ਨ ਆ ਕੇ ਉਹਨਾਂ ਨੂੰ ਦੱਸਿਆ ਕਿ ਮੈਂ ਵਿਜ਼ਿਟਰ ਵੀਜ਼ੇ 'ਤੇ ਆਈ ਹੋਈ ਹਾਂ, ਮੈਂ ਵਰਕ ਪਰਮਿਟ ਲੈਣਾ ਚਾਹੁੰਦੀ ਹਾਂ। ਫਿਰ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ, ਗਾਈਡ ਕੀਤਾ। ਫਿਰ ਮੈਨੂੰ 15 ਤੋਂ 18 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਮੈਨੂੰ ਵਰਕ ਪਰਮਿਟ ਲੈ ਕੇ ਦਿੱਤਾ, ਜਿਸ ਨਾਲ ਮੈਂ ਬਹੁਤ ਖੁਸ਼ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਸਨੇ ਵੀ ਆਪਣਾ ਕੋਈ ਵਰਕ ਪਰਮਿਟ ਦਾ ਕੰਮ ਕਰਵਾਉਣਾ ਹੋਵੇ, ਉਸ ਵਿੱਚ ਇਮੀਗ੍ਰੇਸ਼ਨ ਕੋਲ ਆ ਕੇ ਕਰਵਾਵੇ, ਜੋ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਵਾਉਂਦੇ ਨੇ। ਥੈਂਕ ਯੂ, ਸਤਿ ਸ਼੍ਰੀ ਅਕਾਲ।